ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡੇ ਆਪਣੇ ਚੈਨਲ ਤੇ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ ਅਗਲਾ ਪ੍ਰਸ਼ਨ ਦੇਖਦੇ ਹਾਂ ਜੀ ਨਿਮਨਲਿਖਤ ਵਿੱਚੋਂ ਕਿਸ ਦਾ ਸਹੀ ਮਿਲਾਨ ਨਹੀਂ ਕੀਤਾ ਗਿਆ ਹੈ ਸਾਨੂੰ ਚਾਰ ਆਪਸ਼ਨਾਂ ਦੇ ਵਿੱਚ ਕੁਝ ਆਰਟੀਕਲ ਦਿੱਤੇ ਗਏ ਨੇ ਇਹ ਸੰਵਿਧਾਨ ਦੇ ਆਰਟੀਕਲ ਅਸੀਂ ਦੱਸਣਾ ਹੈ ਕਿ ਕੀ ਇਹਨਾਂ ਦੇ ਨਾਮ ਸਹੀ ਨੇ ਏ ਆਪਸ਼ਨ ਦੇ ਵਿੱਚ ਸੰਵਿਧਾਨਕ ਸੁਰੱਖਿਆ ਦਾ ਅਧਿਕਾਰ ਆਰਟੀਕਲ 32 ਲਿਖਿਆ ਹੋਇਆ ਹੈ ਇਹ ਸਹੀ ਹੈ ਜੀ ਕਿਉਂਕਿ ਭਾਰਤੀ ਸੰਵਿਧਾਨ ਦਾ ਆਰਟੀਕਲ 32 ਸੰਵਿਧਾਨਕ ਉਪਚਾਰਾਂ ਦਾ ਅਧਿਕਾਰ ਪ੍ਰਦਾਨ ਕਰਦਾ ਹੈ ਜਿਸ ਨਾਲ ਨਾਗਰਿਕ ਆਪਣੇ ਮੌਲਿਕ ਅਧਿਕਾਰਾਂ ਨੂੰ ਲਾਗੂ ਕਰਨ ਲਈ ਸੁਪਰੀਮ ਕੋਰਟ ਜਾ ਸਕਦੇ ਨੇ ਦੂਸਰੇ ਬੀ ਆਪਸ਼ਨ ਦੇ ਵਿੱਚ ਜੀਵਨ ਦੀ ਸੁਰੱਖਿਆ ਦਾ ਅਧਿਕਾਰ ਆਰਟੀਕਲ 15 ਲਿਖਿਆ ਹੋਇਆ ਹੈ ਇਹ ਗਲਤ ਹੈ ਸਮਾਨਤਾ ਦੇ ਅਧਿਕਾਰਾਂ ਦੇ ਵਿੱਚ ਕੋਈ ਵਿਤਕਰੇ ਨਹੀਂ ਜੇ ਸੰਸਾਰ ਧਰਮ ਨਸਲ ਜਾਤੀ ਲਿੰਗ ਜਾਂ ਜਨਮ ਸਥਾਨ ਦੇ ਆਧਾਰ ਤੇ ਵਿਤਕਰੇ ਤੇ ਪਾਬੰਦੀ ਹੈ ਇਹ ਆਰਟੀਕਲ 15 ਹੈ ਤੇ ਪਰ ਜੀਵਨ ਤੇ ਸੁਰੱਖਿਆ ਦਾ ਅਧਿਕਾਰ ਜਿਹੜਾ ਹੈ ਇਹ ਆਰਟੀਕਲ 21 ਦੇ ਵਿੱਚ ਦਰਜ ਹੈ ਇੱਥੇ ਬੀ ਆਪਸ਼ਨ ਗਲਤ ਹੈ ਸੀ ਆਪਸ਼ਨ ਦੇ ਵਿੱਚ ਸਭਾ ਸੰਗਠਨ ਦਾ ਅਧਿਕਾਰ ਆਰਟੀਕਲ 19 ਹੈ ਇਹ ਬਿਲਕੁਲ ਸਹੀ ਹੈ ਜੀ ਆਰਟੀਕਲ 19 ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਦਾ ਅਧਿਕਾਰ ਪ੍ਰਦਾਨ ਕਰਦਾ ਹੈ ਜਿਸ ਵਿੱਚ ਸ਼ਾਂਤੀਪੂਰਵਕ ਅਤੇ ਬਿਨਾ ਹਥਿਆਰਾਂ ਦੇ ਇਕੱਠੇ ਹੋਣ ਦਾ ਅਧਿਕਾਰ ਸ਼ਾਮਲ ਹੈ ਆਰਟੀਕਲ 20 ਅਪਰਾਧਾਂ ਲਈ ਸਜ਼ਾ ਦੇ ਸਬੰਧ ਵਿੱਚ ਸੁਰੱਖਿਆ ਪ੍ਰਦਾਨ ਕਰਦਾ ਹੈ ਜਿਸ ਵਿੱਚ ਦੋਹਰੀ ਜੋਖਮ ਅਤੇ ਸਵੈ ਦੋਸ਼ ਵਿਰੁੱਧ ਸੁਰੱਖਿਆ ਸ਼ਾਮਲ ਹੈ ਇੱਥੇ ਦਿੱਤੇ ਹੋਏ ਆਪਸ਼ਨਾਂ ਦੇ ਵਿੱਚੋਂ ਬੀ ਆਪਸ਼ਨ ਗਲਤ ਹੈ ਅਗਲਾ ਪ੍ਰਸ਼ਨ ਦੇਖਦੇ ਹਾਂ ਜੀ ਉਹਨਾ ਕਾਨੂੰਨਾਂ ਨੂੰ ਕੀ ਕਹਿੰਦੇ ਹਨ ਜਿਹੜੇ ਜ਼ਾਲਮਾਨਾ ਤਰੀਕੇ ਨਾਲ ਲੋਕਾਂ ਨੂੰ ਕੰਟਰੋਲ ਕਰਦੇ ਹਨ ਅਤੇ ਉਹਨਾਂ ਨੂੰ ਬੋਲਣ ਅਤੇ ਇਕੱਠੇ ਹੋਣ ਦੇ ਅਧਿਕਾਰ ਸਮੇਤ ਆਪਣੇ ਮੌਲਿਕ ਅਧਿਕਾਰਾਂ ਨੂੰ ਵਰਤਣ ਤੋਂ ਵਰਜਿਤ ਕਰਦੇ ਹਨ অপਸ਼ਨ ਹਨ ਦਮਨਕਾਰੀ ਦੇਸ਼ਤ੍ਰੋ ਵਿਕਾਸ ਜਾਂ ਆਲੋਚਨਾ ਦਮਨਕਾਰੀ ਕਾਨੂੰਨ ਉਹ ਹੁੰਦੇ ਹਨ ਜੋ ਲੋਕਾਂ ਦੇ ਹੱਕਾਂ ਨੂੰ ਕੁਚਲਦੇ ਹਨ ਜਿਵੇਂ ਕਿ ਬੋਲਣ ਦੀ ਆਜ਼ਾਦੀ ਇਕੱਠੇ ਹੋਣ ਦੀ ਆਜ਼ਾਦੀ ਆਦਿ ਇਹ ਕਾਨੂੰਨ ਸਰਕਾਰਾਂ ਵੱਲੋਂ ਵਿਰੋਧ ਨੂੰ ਦਬਾਉਣ ਅਤੇ ਆਪਣੀ ਸ਼ਕਤੀ ਨੂੰ ਕਾਇਮ ਰੱਖਣ ਲਈ ਵਰਤੇ ਜਾਂਦੇ ਹਨ ਏ ਆਪਸ਼ਨ ਬਿਲਕੁਲ ਸਹੀ ਹੈ ਜੀ ਅੱਗੇ ਵਧਦੇ ਹਾਂ ਜੀ 1950 ਦੇ ਦਹਾਕੇ ਵਿੱਚ ਅਮਰੀਕਾ ਵਿੱਚ ਕਿਹੜਾ ਅੰਦੋਲਨ ਅਫਰੀਕਨ ਅਮਰੀਕਨ ਦੇ ਬਰਾਬਰ ਅਧਿਕਾਰਾਂ ਲਈ ਚੱਲਿਆ ਆਪਸ਼ਨ ਹਨ ਅਧਿਕਾਰਾਂ ਦਾ ਅੰਦੋਲਨ ਸਿਵਲ ਅਧਿਕਾਰਾਂ ਦਾ ਅੰਦੋਲਨ ਵਿਤਕਰੇ ਦਾ ਅੰਦੋਲਨ ਜਾਂ ਸਮਾਨਤਾ ਦਾ ਅੰਦੋਲਨ 1950 ਦੇ ਦਹਾਕੇ ਵਿੱਚ ਅਮਰੀਕਾ ਵਿੱਚ ਅਫਰੀਕੀ ਅਮਰੀਕੀਆਂ ਨੇ ਨਸਲੀ ਵਿਤਕਰੇ ਖਿਲਾਫ ਸਿਵਲ ਅਧਿਕਾਰਾਂ ਦਾ ਅੰਦੋਲਨ ਛੇੜਿਆ ਇਸ ਅੰਦੋਲਨ ਨੇ ਅਹਿੰਸਕ ਪ੍ਰਦਰਸ਼ਨਾਂ ਰਾਹੀਂ ਵੋਟ ਪਾਉਣ, ਸਿੱਖਿਆ, ਰੁਜ਼ਗਾਰ ਅਤੇ ਜਨਤਕ ਥਾਵਾਂ ਤੇ ਬਰਾਬਰੀ ਦੇ ਹੱਕਾਂ ਦੀ ਮੰਗ ਕੀਤੀ ਜਿਸ ਦੇ ਨਤੀਜੇ ਵਜੋਂ ਕਈ ਮਹੱਤਵਪੂਰਨ ਕਾਨੂੰਨ ਪਾਸ ਹੋਏ ਜਿਨ੍ਹਾਂ ਨੇ ਵਿਤਕਰੇ ਨੂੰ ਗੈਰ ਕਾਨੂੰਨੀ ਘੋਸ਼ਿਤ ਕੀਤਾ ਇੱਥੇ ਦਿੱਤੇ ਹੋਏ ਆਪਸ਼ਨਾਂ ਦੇ ਵਿੱਚੋਂ ਬੀ ਆਪਸ਼ਨ ਬਿਲਕੁਲ ਸਹੀ ਹੈ ਜੀ ਅਗਲਾ ਪ੍ਰਸ਼ਨ ਦੇਖਦੇ ਹਾਂ ਜੀ ਵਿਦਿਆਰਥੀਆਂ ਵਿੱਚ ਸੰਵਿਧਾਨਕ ਸੰਸਥਾਵਾਂ ਦੀ ਜਾਣਕਾਰੀ ਨੂੰ ਉਤਸ਼ਾਹਿਤ ਕਰਨ ਲਈ ਕਿਹੜੀ ਵਿਦਿਆਪਤ ਪદ્ધਤੀ ਟੁਕਵੀ ਹੈ অপਸ਼ਨ ਹਨ ਬਨਾਉਟੀ ਵਿਧਾਨਪਾਲਿਕਾ ਬਹਿਸ ਵਿਚਾਰ ਵਟਾਂਦਰਾ ਜਾਂ ਦਿਮਾਗੀ ਫੁਰਨੇ ਵਿਦਿਆਰਥੀਆਂ ਦੇ ਵਿੱਚ ਸੰਵਿਧਾਨਕ ਸੰਸਥਾਵਾਂ ਦੀ ਜਾਣਕਾਰੀ ਅਸੀਂ ਬਨਾਉਟੀ ਵਿਧਾਨਪਾਲਿਕਾ ਬਣਾ ਕੇ ਦੇ ਸਕਦੇ ਹਾਂ ਇਹਦੇ ਵਿੱਚ ਵੱਖ-ਵੱਖ ਵਿਦਿਆਰਥੀਆਂ ਨੂੰ ਵੱਖ-ਵੱਖ ਭੂਮਿਕਾਵਾਂ ਜਿਵੇਂ ਸੰਸਦ ਮੈਂਬਰ ਮੰਤਰੀ ਸਪੀਕਰ ਆਦਿ ਨਿਭਾਉਣ ਦਾ ਮੌਕਾ ਮਿਲੇਗਾ ਉਹ ਵਿਧਾਨਪਾਲਿਕਾ ਦੀ ਕਾਰਜ ਪ੍ਰਣਾਲੀ ਨੂੰ ਨੇੜਿਓ ਸਮਝ ਸਕਣਗੇ ਏ অপਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। ਨਿਮਨਲਿਖਤ ਵਿੱਚੋਂ ਕਿਹੜੀ ਕਿਸਮ ਬਲੂਮ ਦੇ ਸਿੱਖਿਆ ਦੇ ਉਦੇਸ਼ ਲਈ ਸੋਧੇ ਹੋਏ ਵਰਗੀਕਰਨ ਨਿਯਮ 2001 ਨਾਲ ਸੰਬੰਧਿਤ ਨਹੀਂ ਹੈ? অপਸ਼ਨ ਹਨ ਯਾਦ ਰੱਖਣਾ ਰਿਮੈਂਬਰਿੰਗ, ਪਰਚੋਲ ਕਰਨੀ ਐਵੈਲੂਏਟਿੰਗ, ਸਿਰਜਣਾ ਕ੍ਰੀਏਟਿੰਗ ਜਾਂ ਸਿੰਥੈਸਿਸ ਜਿਹਨੂੰ ਅਸੀਂ ਕਹਿੰਦੇ ਹਾਂ ਸੰਸਲੇਸ਼ਨ। ਇੱਥੇ ਦਿੱਤੇ ਹੋਏ অপਸ਼ਨਾਂ ਦੇ ਵਿੱਚੋਂ ਸੰਸਲੇਸ਼ਨ ਬਲੂਮ ਦੀ ਜਿਹੜੀ 2001 ਦੀ ਸੋਧੇ ਹੋਏ ਵਰਗੀਕਰਨ ਨਾਲ ਸੰਬੰਧਿਤ ਨਹੀਂ ਹੈ। ਸਾਰੀਆਂ ਕੈਟਾਗਰੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਅਗਲਾ ਪ੍ਰਸ਼ਨ ਦੇਖਦੇ ਹਾਂ ਜੀ ਸਿਲੇਬਸ ਅਤੇ ਪਾਠਕ੍ਰਮ ਦੇ ਸੰਦਰਭ ਵਿੱਚ ਨਿਮਨਲਿਖਤ ਵਿੱਚੋਂ ਕਿਹੜਾ ਕਥਨ ਗਲਤ ਹੈ ਏ অপਸ਼ਨ ਹੈ ਜੀ ਸਿਲੇਬਸ ਸੰਗੜਿਆ ਹੋਇਆ ਛੋਟਾ ਅਤੇ ਸਪਸ਼ਟ ਹੁੰਦਾ ਹੈ ਪਾਠਕ੍ਰਮ ਕਿਸੇ ਵਿਸ਼ੇ ਦੇ ਅਧਿਐਨ ਨਾਲ ਸੰਬੰਧਿਤ ਵੱਖ-ਵੱਖ ਯੂਨਿਟਾਂ ਸਹਿ ਯੂਨਟਾਂ ਅਤੇ ਵਿਸ਼ਿਆਂ ਨੂੰ ਦਰਸਾਉਂਦਾ ਹੈ ਪਾਠਕ੍ਰਮ ਵਿਵਹਾਰ ਦੀਆਂ ਤਿੰਨੇ ਬਣਗੀਆਂ ਵਿੱਚ ਨਿਰਧਾਰਤ ਅਧਿਆਪਨ ਸਿੱਖਣ ਦੇ ਟੀਚਿਆਂ ਦੀ ਪ੍ਰਾਪਤੀ ਲਈ ਕੰਮ ਕਰਦਾ ਹੈ ਪਾਠਕ੍ਰਮ ਕੇਵਲ ਜਮਾਤ ਵਿਚਲੇ ਅਧਿਆਪਨ ਅਤੇ ਵਿਸ਼ਿਆਂ ਨੂੰ ਸਿੱਖਣ ਅਤੇ ਸਿਲੇਬਸ ਵਿੱਚ ਦਿੱਤੀ ਗਈ ਸਮੱਗਰੀ ਤੱਕ ਹੀ ਸੀਮਤ ਨਹੀਂ ਹੁੰਦਾ। ਇੱਥੇ ਦਿੱਤੇ ਹੋਏ ਆਪਸ਼ਨਾਂ ਦੇ ਵਿੱਚ ਜਿਹੜਾ ਦੂਸਰਾ ਆਪਸ਼ਨ ਹੈ ਕਿ ਪਾਠਕ੍ਰਮ ਕਿਸੇ ਵਿਸ਼ੇ ਦੇ ਅਧਿਐਨ ਨਾਲ ਸੰਬੰਧਿਤ ਵੱਖ-ਵੱਖ ਯੂਨਟਾਂ, ਸਹਿ ਯੂਨਟਾਂ ਅਤੇ ਵਿਸ਼ਿਆਂ ਨੂੰ ਦਰਸਾਉਂਦਾ ਹੈ, ਇਹ ਗਲਤ ਹੈ ਕਿਉਂਕਿ ਜਿਹੜਾ ਪਾਠਕ੍ਰਮ ਹੈ ਕਿਸੇ ਵਿਸ਼ੇ ਦੇ ਅਧਿਐਨ ਦੇ ਲਈ ਇੱਕ ਵਿਆਪਕ ਢਾਂਚਾ ਪ੍ਰਦਾਨ ਕਰਦਾ ਹੈ ਜਿਸ ਵਿੱਚ ਵੱਖ-ਵੱਖ ਯੂਨਟ ਉਹਨਾਂ ਦੇ ਅੰਦਰਲੇ ਵਿਸ਼ੇ ਸੰਬੰਧਿਤ ਗਤੀਵਿਧੀਆਂ ਸ਼ਾਮਲ ਹੁੰਦੀ ਹੈ ਸਿਲੇਬਸ ਸਿਰਫ ਮੁੱਖ ਵਿਸ਼ਿਆਂ ਨਾਲ ਸੰਬੰਧਿਤ ਹੁੰਦਾ ਹੈ ਪਰ ਕਰੀਕਲਮ ਜਿਹੜਾ ਹੈ ਸਿਲੇਬਸ ਨਾਲੋਂ ਵਧੇਰੇ ਵਿਸਤ੍ਰਿਤ ਹੁੰਦਾ ਹੈ ਇੱਥੇ ਦਿੱਤੇ ਹੋਏ ਆਪਸ਼ਨਾਂ ਦੇ ਵਿੱਚੋਂ ਬੀ ਆਪਸ਼ਨ ਜਿਹੜਾ ਹੈ ਇਹ ਗਲਤ ਹੈ ਜੀ ਅਗਲਾ ਪ੍ਰਸ਼ਨ ਦੇਖਦੇ ਹਾਂ ਜੀ ਜਦੋਂ ਪਾਉਣ ਪਾਣੀ ਵਿਸ਼ੇ ਨੂੰ ਸਕੂਲਾਂ ਦੀ ਵਿਦਿਆ ਦੇ ਪਾਠਕ੍ਰਮ ਦੇ ਅਲੱਗ-ਅਲੱਗ ਗ੍ਰੇਡਾਂ ਵਿੱਚ ਵਿਦਿਆਰਥੀਆਂ ਦੇ ਵਿਦयक ਅਤੇ ਮਾਨਸਿਕ ਪੱਧਰ ਦੇ ਅਨੁਸਾਰ ਅਖਿਆਈ ਦੀ ਵਿਭਿੰਤਾ ਦੇ ਅਨੁਸਾਰ ਰੱਖਿਆ ਜਾਂਦਾ ਹੈ ਤਾਂ ਸਮਾਜਿਕ ਵਿਗਿਆਨਕ ਪਾਠਕ੍ਰਮ ਦੇ ਸੰਗਠਨਿਕरण ਦੀ ਕਿਹੜੀ ਪਹੁੰਚ ਵਿਧੀ ਅਪਣਾਈ ਜਾਂਦੀ ਹੈ অপਸ਼ਨ ਹਨ ਕੇਂਦਰਿਤ ਪਹੁੰਚ ਵਿਧੀ ਸਤਹੀ ਪਹੁੰਚ ਵਿਧੀ ਏਕੀਕ੍ਰਿਤ ਪਹੁੰਚ ਵਿਧੀ ਜਾਂ ਸੰਬੰਧਤ ਪਹੁੰਚ ਵਿਧੀ ਇਹ ਜਿਹੜੀ ਵਿਧੀ ਹੈ ਇਹਨੂੰ ਅਸੀਂ ਕੇਂਦਰਿਤ ਪਹੁੰਚ ਵਿਧੀ ਕਵਾਂਗੇ ਜਿਹਦੇ ਵਿੱਚ ਕਨਸੈਂਟ੍ਰਿਕ ਅਪਰੋਚ ਰੱਖੀ ਜਾਂਦੀ ਹੈ ਕਿ ਵਿਦਿਆਰਥੀ ਦੇ ਸਿੱਖਣ ਦੇ ਪੱਧਰ ਦੇ ਹਿਸਾਬ ਦੇ ਨਾਲ ਸਿਲੇਬਸ ਦੇ ਵਿੱਚ ਇੱਕੋ ਹੀ ਸਬਜੈਕਟ ਨੂੰ ਵੱਖ-ਵੱਖ ਕਲਾਸਾਂ ਦੇ ਵਿੱਚ ਵਿਦਿਆਰਥੀ ਦੇ ਲੈਵਲ ਦੇ ਅਕੋਰਡਿੰਗ ਉਹਨੂੰ ਪੜਾਇਆ ਜਾਂਦਾ ਹੈ ਜੀ ਕੰਸੈਂਟ੍ਰਿਕ ਵਿਧੀ ਕਹਿੰਦੇ ਆ ਏ ਆਪਸ਼ਨ ਬਿਲਕੁਲ ਸਹੀ ਹੈ ਜੀ ਅਗਲਾ ਪ੍ਰਸ਼ਨ ਦੇਖਦੇ ਆ ਜੀ ਅਧਿਆਪਕ ਵਿਦਿਆਰਥੀਆਂ ਦੇ ਦਰਮਿਆਨ ਇਤਿਹਾਸਕ ਘਟਨਾਵਾਂ ਦੀ ਕਰਮਿਕ ਤਰਤੀਬ ਨੂੰ ਵਿਕਸਿਤ ਕਰਨਾ ਚਾਹੁੰਦਾ ਹੈ ਕਰੋਨੋਲੋਜੀਕਲ ਸੀਕਵੈਂਸ ਨੂੰ ਦੱਸਣਾ ਚਾਹੁੰਦਾ ਹੈ ਜੀ ਨਿਮਨਲਿਖਤ ਵਿੱਚੋਂ ਕਿਹੜੀ ਅਧਿਆਪਨ ਯੁਗਤੀ ਅਧਿਆਪਨ ਲਈ ਸਭ ਤੋਂ ਟੁਕਮੀ ਰਹੇਗੀ ਆਪਸ਼ਨ ਹਨ ਸਮਾਂ ਗ੍ਰਾਫ ਟਾਈਮ ਲਾਈਨ ਸਮਾਂ ਸਾਰਣੀ ਜਾਂ ਦ੍ਰਿਸ਼ਮਾਨ ਨਕਸ਼ੇ ਜਿਹੜੀ ਟਾਈਮਲਾਈਨ ਹੈ ਇਹ ਇਤਿਹਾਸਕ ਘਟਨਾਵਾਂ ਨੂੰ ਕ੍ਰਮ ਅਨੁਸਾਰ ਦਰਸਾਉਣ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ ਇਹ ਵਿਦਿਆਰਥੀਆਂ ਨੂੰ ਘਟਨਾਵਾਂ ਦੇ ਕ੍ਰਮ ਅਤੇ ਉਹਨਾਂ ਦੇ ਵਿਚਕਾਰ ਸਮੇਂ ਦੇ ਸਬੰਧਾਂ ਨੂੰ ਸਮਝਣ ਦੇ ਵਿੱਚ ਮਦਦ ਕਰਦਾ ਹੈ ਬੀ ਆਪਸ਼ਨ ਬਿਲਕੁਲ ਸਹੀ ਹੈ ਜੀ ਅਗਲਾ ਪ੍ਰਸ਼ਨ ਦੇਖਦੇ ਹਾਂ ਜੀ ਨਿਮਨਲਿਖਤ ਵਿੱਚੋਂ ਕਿਹੜੀ ਕਿਸਮ ਵਿਦਿਅਕ ਅਤੇ ਹਦਾਇਤੀ ਟੀਚਿਆਂ ਦੇ ਸਾਈਕੋਮੋਟਰ ਡੋਮੇਨ ਨਾਲ ਸੰਬੰਧਿਤ ਹੈ ਆਪਸ਼ਨ ਹਨ ਸੰਗਠਿਤ ਕਰਨਾ ਪ੍ਰਾਪਤ ਕਰਨਾ ਸਮੀਖਿਆ ਜਾਂ ਅਨੁਭਵ ਜੋਗ ਕਾਬਲੀਤਾ ਸਾਈਕੋਮੋਟਰ ਡੋਮੇਨ ਸਰੀਰਕ ਹੁਨਰਾਂ ਅਤੇ ਤਾਲਮੇਲ ਨਾਲ ਸੰਬੰਧਿਤ ਹੈ ਇਸ ਵਿੱਚ ਮਾਸਪੇਸ਼ੀਆਂ ਦੀ ਗਤੀਵਿਧੀ ਅਤੇ ਸਰੀਰਕ ਕਾਰਜਾਂ ਨੂੰ ਸਿੱਖਣਾ ਸ਼ਾਮਲ ਹੁੰਦਾ ਹੈ ਅਨੁਭਵ ਜੋਗ ਕਾਬਲੀਤਾ ਇਸ ਡੋਮੇਨ ਵਿੱਚ ਆਉਂਦੀਆਂ ਨੇ ਕਿਉਂਕਿ ਇਹਨਾਂ ਵਿੱਚ ਸਰੀਰਕ ਹੁਨਰਾਂ ਦਾ ਪ੍ਰਦਰਸ਼ਨ ਅਤੇ ਵਿਕਾਸ ਸ਼ਾਮਲ ਹੁੰਦਾ ਹੈ ਡੀ ਆਪਸ਼ਨ ਬਿਲਕੁਲ ਸਹੀ ਹੈ ਜੀ ਅੱਗੇ ਹੈ ਜੀ ਨਿਮਨਲਿਖਤ ਵਿੱਚੋਂ ਕਿਹੜਾ ਕਥਨ ਜਮਾਤ ਵਿੱਚ ਸਮਾਜਿਕ ਵਿਗਿਆਨ ਦੇ ਅਧਿਆਪਨ ਅਤੇ ਸਿੱਖਣ ਦੀ ਪ੍ਰਕਿਰਿਆ ਨਾਲ ਨੈਤਿਕ ਕਦਰਾਂ-ਕੀਮਤਾਂ ਦੇ ਵਿਕਾਸ ਦੀ ਤਰਜਮਾਨੀ ਕਰਦਾ ਹੈ ਸਕਰੀਨ 'ਤੇ ਦਿੱਤੇ ਹੋਏ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ ਇਹਨਾਂ ਦੇ ਵਿੱਚ ਜਿਹੜੀ ਏ ਆਪਸ਼ਨ ਹੈ ਜਿਹਦੇ ਵਿੱਚ ਲਿਖਿਆ ਵਿਦਿਆਰਥੀਆਂ ਦੀ ਵਿਵਿਦਤਾ ਦੀ ਕਾਬਲੀਅਤ ਦਾ ਵਿਕਾਸ ਅਤੇ ਉਹਨਾਂ ਨੂੰ ਸੁਚਾਰੂ ਸੋਚਣ ਅਤੇ ਤਰਕ ਕਰਨ ਲਈ ਸ਼ਕਤੀਆਂ ਨਾਲ ਤਿਆਰ ਕਰਨਾ ਤਾਂ ਕਿ ਉਹ ਸਹੀ ਅਤੇ ਗਲਤ ਦਾ ਅਤੇ ਚੰਗੇ ਅਤੇ ਬੁਰੇ ਦਾ ਸਹੀ ਮਾਪ ਕਰਕੇ ਕਿਸੇ ਕੰਮ ਪ੍ਰਤੀ ਸਹੀ ਫੈਸਲਾ ਲੈ ਸਕਣ ਇਹ ਸਹੀ ਜਵਾਬ ਹੈ ਜੀ ਕਿਉਂਕਿ ਨੈਤਿਕ ਕਦਰਾਂ-ਕੀਮਤਾਂ ਦਾ ਵਿਕਾਸ ਵਿਦਿਆਰਥੀਆਂ ਨੂੰ ਸਹੀ ਅਤੇ ਗਲਤ ਵਿਚਕਾਰ ਫਰਕ ਸਮਝਣ ਅਤੇ ਸੁਤੰਤਰ ਰੂਪ ਵਿੱਚ ਸੋਚਣ ਦੇ ਯੋਗ ਬਣਾਉਣ ਤੇ ਨਿਰਭਰ ਕਰਦਾ ਹੈ ਜੀ ਏ ਆਪਸ਼ਨ ਬਿਲਕੁਲ ਸਹੀ ਹੈ ਜੀ ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਅਗਲਾ ਪ੍ਰਸ਼ਨ ਕੋਈ ਵੀ ਨਹੀਂ ਹੈ ਜੀ ਥੈਂਕਸ ਫॉर ਵਾਚਿੰਗ ਚੰਗੇ ਨੰਬਰ ਲੈਣ ਦੇ ਲਈ ਹਰ ਰੋਜ਼ ਤਿਆਰੀ ਕਰੋ ਸਾਰੇ ਸਬਜੈਕਟਾਂ ਨੂੰ ਵਾਰ-ਵਾਰ ਪੜੋ ਉਹ ਟਾਪਿਕ ਜਿਹੜੇ ਤੁਹਾਨੂੰ ਬਿਲਕੁਲ ਨਹੀਂ ਆਉਂਦੇ ਉਹਨਾਂ ਤੇ ਟਾਈਮ ਲਗਾਓ ਪਰ ਇੰਨਾ ਵੀ ਜ਼ਿਆਦਾ ਟਾਈਮ ਨਾ ਲਗਾਓ ਕਿ ਜਿਹੜੇ ਟਾਪਿਕ ਤੁਹਾਨੂੰ ਆਉਂਦੇ ਨੇ ਤੁਸੀਂ ਉਹਨਾਂ ਵੱਲ ਵੇਖ ਹੀ ਨਾ ਸਕੋ ਸਾਰੇ ਟਾਪਿਕਸ ਨੂੰ ਇੱਕ ਵਾਰ ਅੱਖਾਂ ਸਾਹਣੀ ਕੱਢੋ ਤੇ ਜਿੰਨੇ ਵੀ ਤੁਸੀਂ ਵੱਧ ਤੋਂ ਵੱਧ ਸਮਾਂ ਲਗਾ ਸਕਦੇ ਹੋ ਉਹ ਤੁਸੀਂ ਯੂਜ਼ ਕਰੋ ਤਾਂ ਕਿ ਤੁਸੀਂ ਟਟ ਦਾ ਪੇਪਰ ਪਾਸ ਕਰ ਸਕੋ ਇਹ ਕੋਈ ਔਖੀ ਚੀਜ਼ ਨਹੀਂ ਹੈ ਬਸ ਇਹਨੂੰ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਹੈ ਤੇ ਆਲ ਦੀ ਬੈਸਟ ਫਿਰ ਮਿਲਦੇ ਹਾਂ ਜੀ ਧੰਨਵਾਦ